ਬਾਰ ਨੇ ਚੰਡੀਗੜ੍ਹ 'ਚ ਕੀਤਾ ਹੈਗਾ, ਲੋਕ ਰਾਜ ਦਾ ਕਤਲ ਕੀਤਾ ਹੈਗਾ। ਇਹਨਾਂ ਨੂੰ ਅਸਤੀਫਾ ਦੇ ਦੇਣੇ ਚਾਹੀਦੇ ਨੇ, ਇਹਨਾਂ ਨੂੰ ਪਹਿਲਾਂ ਮਾਫੀ ਮੰਗਣੀ ਚਾਹੀਦੀ ਸੀ ਹੱਥ ਜੋੜ ਕੇ ਚੰਡੀਗੜ੍ਹ ਦੇ ਲੋਕਾਂ ਨਾਲ। ਦੇਖੋ ਇਸ ਮੁਲਕ ਦੀ ਜਿਹੜੀ ਲੜਾਈ ਹੈ 2024 ਦੀ, ਉਹ ਹਿੰਦੁਸਤਾਨ ਦੇ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਹੈ। ਲੋਕ ਰਾਜ ਦੀ ਰੱਖਿਆ ਕਰਨੀ ਪਈ, ਔਰ ਜਿਨ੍ਹਾਂ ਨੇ ਕਤਲ ਕੀਤਾ ਉਹ ਅੱਜ ਵੀ ਕਹਿ ਕੇ ਇਹਨਾਂ ਨੇ ਆਜ਼ਾਦ ਘੁੰਮੀ ਜਾ ਰਹੇ ਨੇ, ਔਰ ਜਿਨ੍ਹਾਂ ਨੇ ਕਰਵਾਇਆ। ਮਨੀਸ਼ ਤਿਵਾਰੀ ਸਾਡੇ ਨਾਲ ਨੇ। ਤਿਵਾਰੀ ਜੀ, ਜਿਸ ਤਰ੍ਹਾਂ ਹੁਣ ਸਿਚੁਏਸ਼ਨ ਚੰਡੀਗੜ੍ਹ ਦੀ, ਕਿਉਂਕਿ ਪਿਛਲੇ ਦਿਨਾਂ ਜਿਸ ਤਰ੍ਹਾਂ ਦੀ ਚੀਜ਼ਾਂ ਹੋਇਆ, ਲੇਕਿਨ ਚੰਡੀਗੜ੍ਹ 'ਚ ਮੁਕਾਬਲਾ ਕੜਾ ਹੈ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇੱਥੇ ਅਲਾਇੰਸ ਹੈ, ਔਰ ਪਿਛਲੇ ਦਿਨਾਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਈ, ਮੇਅਰ ਦੇ ਇਲੈਕਸ਼ਨ 'ਚ, ਹਾਈ ਕੋਰਟ, ਸੁਪਰੀਮ ਕੋਰਟ, ਬਹੁਤ ਸਾਰੀ ਚੀਜ਼ਾਂ ਹੋਈ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ, ਕਿਸ ਤਰ੍ਹਾਂ ਰੋਡ ਮੈਪ ਤਿਆਰ ਕੀਤਾ ਜਾ ਰਿਹਾ? ਦੇਖੋ ਇਸ ਮੁਲਕ ਦੀ ਜਿਹੜੀ ਲੜਾਈ ਹੈ 2024 ਦੀ, ਉਹ ਹਿੰਦੁਸਤਾਨ ਦੇ ਲੋਕ ਰਾਜ ਨੂੰ ਬਚਾਉਣ ਦੀ ਲੜਾਈ ਹੈ। ਜਿਹੜਾ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਸਿਰਜਿਆ ਸੀ, ਉਹਦੀ ਰੱਖਿਆ ਕਰਨ ਦੀ ਲੜਾਈ ਹੈ। ਇਸ ਜਿਹੜਾ ਬੁਨਿਆਦੀ ਖਿਆਲ ਜਿਸ 'ਤੇ ਮੁਲਕ ਖੜ੍ਹਾ ਹੈਗਾ, ਉਹਨੂੰ ਬਚਾਉਣ ਦੀ ਲੜਾਈ ਹੈ। ਔਰ ਇਸ ਸ਼ਹਿਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਜਿਵੇਂ ਲੋਕ ਰਾਜ ਦਾ ਕਤਲ ਕੀਤਾ ਗਿਆ, ਔਰ ਉੱਚਤਮ ਨਿਆਲੇ ਨੂੰ ਆਪਣੇ ਵਿਸ਼ੇਸ਼ ਅਖਤਿਆਰਾਂ ਦਾ ਉਪਯੋਗ ਕਰਦਿਆਂ ਹੋਇਆਂ ਲੋਕ ਰਾਜ ਦੀ ਰੱਖਿਆ ਕਰਨੀ ਪਈ, ਔਰ ਜਿਨ੍ਹਾਂ ਨੇ ਕਤਲ ਕੀਤਾ ਉਹ ਅੱਜ ਵੀ ਕਹਿ ਕੇ ਇਹਨਾਂ ਨੇ ਆਜ਼ਾਦ ਘੁੰਮੀ ਜਾ ਰਹੇ ਨੇ, ਔਰ ਜਿਨ੍ਹਾਂ ਨੇ ਕਰਵਾਇਆ ਉਹ ਕਤਲ, ਉਹਨਾਂ ਨੇ ਚੰਡੀਗੜ੍ਹ ਦੇ ਲੋਕਾਂ ਤੋਂ ਮਾਫ਼ੀ ਵੀ ਨਹੀਂ ਮੰਗੀ। ਅਤੇ ਅਸੀਂ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਦਾ ਜਿਹੜਾ ਟ੍ਰੇਲਰ ਹੈ ਉਹ ਪੂਰੇ ਮੁਲਕ 'ਚ ਦੁਹਰਾਇਆ ਜਾਏ। ਇਸ ਲਈ ਇਹ ਜਿਹੜੀ ਬੁਨਿਆਦੀ ਚੀਜ਼ ਹੈ ਲੋਕ ਰਾਜ, ਸੰਵਿਧਾਨ, ਇਹਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ। ਸੰਜੇ ਟੰਡਨ ਨੇ ਕਹਿੰਦੇ ਨਜ਼ਰ ਆ ਰਹੇ ਨੇ ਕਿ 2009 'ਚ ਮੈਨੂੰ ਟਿਕਟ ਨਹੀਂ ਮਿਲੀ, ਫਿਰ ਵੀ ਮੈਂ ਲੋਕਾਂ ਦੇ ਵਿੱਚ ਰਿਹਾ ਚੰਡੀਗੜ੍ਹ। 2014 'ਚ ਮੈਨੂੰ ਟਿਕਟ ਨਹੀਂ ਮਿਲੀ, ਫਿਰ ਵੀ ਮੈਂ ਲੋਕਾਂ ਦੇ ਵਿੱਚ ਰਿਹਾ। ਮਨੀਸ਼ ਤਿਵਾਰੀ ਜੀ ਕਿੱਥੇ ਸੀਗੇ ਹੁਣ ਉਹਨਾਂ ਨੂੰ ਯਾਦ ਆ ਰਹੀ ਚੰਡੀਗੜ੍ਹ? ਉਹਨਾਂ ਨੂੰ ਜਾ ਕੇ ਪੁੱਛੋ ਕਿ ਸ਼੍ਰੀ ਨਰਿੰਦਰ ਮੋਦੀ ਜੀ ਆਪਣਾ ਬਨਾਰਸ ਦੇ ਵਾਸੀ ਨੇ, ਇਹ ਲੋਕ ਸਭਾ ਦੀ ਚੋਣ ਹੈਗੀ ਹੈ, ਇਹ ਕੋਈ ਮਿਊਨਸੀਪਲ ਕਾਰਪੋਰੇਸ਼ਨ ਦੀ ਚੋਣ ਨਹੀਂ ਹੈ। ਜੇ ਤੁਸੀਂ ਆਪਣੇ ਆਪ ਨੂੰ ਮਿਊਨਸੀਪਲ ਕਾਰਪੋਰੇਸ਼ਨ ਦੀ ਜਿਹੜੀ ਮਾਨਸਿਕਤਾ ਹੈ ਉਸ ਤੋਂ ਆਜ਼ਾਦ ਕਰੋਗੇ ਤਾਂ ਮੁਲਕ ਬਾਰੇ ਸੋਚਣਾ ਸ਼ੁਰੂ ਕਰੋਗੇ। ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈ ਪਿਛਲੇ 10 ਸਾਲ ਦੇ ਰਿਕਾਰਡ ਦੀ, ਕਿਰਨ ਖੇਰ ਦੀ ਹੈ, ਸਾਫ਼ ਤੌਰ 'ਤੇ ਐਲੀਗੇਸ਼ਨ ਲੱਗਦਾ ਹੈ ਕਿ ਕੀਤਾ ਉਹ। ਸੰਜੇ ਟੰਡਨ ਨੇ ਗਿਣਾਇਆ ਕਿ ਅਸੀਂ ਬਹੁਤ ਕੁਝ ਕੀਤਾ, ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਮਿਲ। ਦੇਖੋ ਇੱਦਾਂ ਹੈ, ਜੋ ਭਾਜਪਾ ਨੇ ਚੰਡੀਗੜ੍ਹ 'ਚ ਕੀਤਾ ਹੈਗਾ, ਲੋਕ ਰਾਜ ਦਾ ਕਤਲ ਕੀਤਾ ਹੈਗਾ, ਉਹ ਲੋਕਾਂ ਦੇ ਮੂਹਰੇ। ਮੈਂ ਕਦੇ ਆਪਣੀ ਜ਼ਿੰਦਗੀ 'ਚ, ਮੈਨੂੰ ਵੀ ਅੱਜ 32 ਸਾਲ ਹੋ ਗਏ ਵਕਾਲਤ ਕਰਦੇ ਨੂੰ, ਮੈਂ ਕਦੇ ਉੱਚਤਮ ਨਿਆਲੇ ਨੂੰ ਇਸ ਤਰ੍ਹਾਂ ਇੰਟਰਵੀਨ ਕਰਕੇ ਲੋਕ ਰਾਜ ਦੀ ਰੱਖਿਆ ਕਰਦੇ ਨਹੀਂ ਵੇਖਿਆ ਹੈਗਾ। ਤੋ ਇਹਨਾਂ ਨੂੰ ਤਾਂ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈਗਾ, ਇਹਨਾਂ ਨੂੰ ਅਸਤੀਫਾ ਦੇ ਦੇਣੇ ਚਾਹੀਦੇ ਨੇ, ਇਹਨਾਂ ਨੂੰ ਪਹਿਲਾਂ ਮਾਫ਼ੀ ਮੰਗਣੀ ਚਾਹੀਦੀ ਸੀ ਹੱਥ ਜੋੜ ਕੇ ਚੰਡੀਗੜ੍ਹ ਦੇ ਲੋਕਾਂ ਨਾਲ। ਸਭ ਤੋਂ ਪੜ੍ਹਿਆ ਲਿਖਿਆ ਸ਼ਹਿਰ, ਔਰ ਕਰ ਕੀ ਰਹੇ ਹੋ ਤੁਸੀਂ? ਤੁਸੀਂ ਆਪਣਾ ਚੋਣ ਜਿੱਤ ਨਹੀਂ ਸਕਦੇ ਲੋਕਤਾਂਤਰਿਕ ਤਰੀਕੇ ਨਾਲ, ਤੁਸੀਂ ਬੈਲਟ ਕੈਂਸਲ ਕਰਾਈ ਜਾ ਰਹੇ ਹੈਗੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਮੈਂ ਤਾਂ ਗੁਆਂਢੀ ਹਲਕੇ ਤੋਂ ਹੁਣ ਵੀ ਸਾਂਸਦ ਹੈ, ਮੈਂ ਦੇਖਦਾ ਹੁੰਦਾ ਸੀਗਾ ਕਿ ਇਹ ਚੰਡੀਗੜ੍ਹ ਸ਼ਹਿਰ 'ਚ ਕੀ ਹੋ ਰਿਹਾ, ਕਿਸ ਤਰ੍ਹਾਂ ਦਾ ਟਾਂਡਵ ਰਚਿਆ ਜਾ ਰਿਹਾ ਹੈਗਾ, ਇਹ ਲੜਾਈ ਹੈਗੀ। ਸਰ ਇੱਕ ਹੋਰ ਸਵਾਲ ਲਾਸਟ, ਅੱਜ 50 ਤੋਂ ਵੀ ਜ਼ਿਆਦਾ ਜਿਹੜੇ ਕਾਂਗਰਸ ਦੇ ਪੁਰਾਣੇ ਲੀਡਰਸ ਨੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ। ਇੱਦਾਂ ਹੈ, ਕਿਸੇ ਨੇ ਅਸਤੀਫਾ ਨਹੀਂ ਦਿੱਤਾ, ਕੋਈ ਅਸਤੀਫਾ ਨਹੀਂ ਹੋਇਆ। ਲੱਕੀ ਜੀ ਦੇ ਖਿਲਾਫ ਜਿਹੜਾ ਹੈਗਾ, ਤੁਹਾਡੇ ਨਹੀਂ, ਲੱਕੀ ਜੀ ਦੇ ਖਿਲਾਫ ਬੋਲ ਰਹੇ ਕਿ ਸਾਨੂੰ ਇੱਦਾਂ ਹੈ, ਕੋਈ ਅਸਤੀਫਾ ਨਹੀਂ ਹੋਇਆ।
ਕਿਸੇ ਨੇ ਅਸਤੀਫਾ ਨਹੀਂ ਦਿੱਤਾ, ਤੁਸੀਂ ਸਾਰਿਆਂ ਨੂੰ ਇੱਥੇ ਵੇਖੋਗੇ ਅੱਜ ਕਿਆ ਕਹਿੰਦੇ ਨੇ 15 ਅਪ੍ਰੈਲ ਹੈ, ਵੋਟ ਪੈਣੀ ਹੈ 1 ਜੂਨ ਨੂੰ, ਤੁਸੀਂ ਦੇਖਣਾ ਕਿ ਆਪਣੇ ਨਹੀਂ ਵਿਰੋਧੀ ਵੀ ਤੁਹਾਨੂੰ ਇੱਥੇ ਲੱਭਣਗੇ, ਕਿਉਂਕਿ ਲੜਾਈ ਜਿਹੜੀ ਹੈਗੀ ਹੈ ਉਹ ਹਿੰਦੁਸਤਾਨ ਦੀ ਲੋਕ ਰਾਜ ਨੂੰ ਕਾਇਮ ਰੱਖਣ ਦੀ। ਪਵਨ ਬੰਸਲ ਜੀ ਵੇਖੋ ਏਦਾਂ ਹੈ, ਮੈਂ ਕਹਿ ਰਿਹਾ ਜਿੰਨੇ ਰਾਸ਼ਟਰਵਾਦੀ ਨੇ, ਜਿਨ੍ਹਾਂ ਦੇ ਦਿਲ ਚ ਦੇਸ਼ ਭਗਤੀ ਹੈ, ਜਿਨ੍ਹਾਂ ਦੇ ਮੁਲਕ ਦੇਸ਼ ਵਿੱਚ ਦਿਲ ਵਿੱਚ ਦਰਦ ਹੈ ਕਿ ਇਹ ਮੁਲਕ ਕਿੱਧਰ ਨੂੰ ਜਾ ਰਿਹਾ, ਉਹ ਸਾਰੇ ਚੋਣ ਪ੍ਰਚਾਰ ਚ ਮਿਲਣਗੇ। ਠੀਕ ਹੈ, ਤੇ ਬਿਲਕੁਲ ਮਨੀਸ਼ ਤਿਵਾਰੀ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਕਿ ਕਈ ਚੀਜ਼ਾਂ ਨੂੰ ਲੈ ਕੇ ਅਸੀਂ ਸੰਵਿਧਾਨ ਬਚਾਓ ਕਰ ਰਹੇ ਹਾਂ, ਲੋਕਤੰਤਰ ਜਿਸ ਤਰ੍ਹਾਂ ਹੱਤਿਆ ਕੀਤੀ ਗਈ ਬੀਜੇਪੀ ਵੱਲੋਂ, ਜਿਸ ਤਰ੍ਹਾਂ ਸਾਰੇ ਨੇ ਦੇਖਿਆ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਹਾਈਕੋਰਟ ਸੁਪਰੀਮ ਕੋਰਟ ਤੱਕ ਗਿਆ, ਲੇਕਿਨ ਹੁਣ ਅਸੀਂ ਲੋਕਾਂ ਦੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ।